ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਾਟਨ ਸੂਟਸ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਮਰਸ ਦੇ ਵਿੱਚ ਆਪਾਂ ਸਭ ਕਾਟਨ ਸੂਟਸ ਜ਼ਿਆਦਾ ਲਾਈਕ ਕਰਦੇ ਹਾਂ, ਸੋ ਘੱਟ ਬਜਟ ਦੇ ਵਿੱਚ ਕਾਟਨ ਸੂਟਸ ਨੂੰ ਕਿਵੇਂ ਟ੍ਰੈਂਡੀ ਐਂਡ ਸਟਾਈਲਿਸ਼ ਲੁੱਕ ਦਿੱਤੀ ਜਾ ਸਕਦੀ ਹੈ, ਲਾਈਕ ਸਟਿਚਿੰਗ। ਸੋ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ। ਮੇਰੇ ਕਾਟਨ ਸੂਟਸ ਦੇ ਡਿਜ਼ਾਈਨਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਆਈ ਹੋਪ ਕਿ ਤੁਸੀਂ ਉਹਨਾਂ ਨੂੰ ਲਾਈਕ ਕਰੋਗੇ। ਸੋ ਅਗਰ ਤੁਹਾਨੂੰ ਕਾਟਨ ਸੂਟਸ ਦੇ ਡਿਜ਼ਾਈਨ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਮੈਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ। ਸੋ ਸਭ ਤੋਂ ਪਹਿਲਾਂ ਸੂਟ ਹੈ, ਇਹ ਪਿੰਕ ਕਲਰ ਦੇ ਵਿੱਚ ਸੂਟ ਹੈ। ਇਸ ਦੇ ਨੈਕ ਦੇ ਉੱਪਰ ਲੇਸ ਲਗਾ ਕੇ ਐਂਡ ਬਟਨ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹਦੇ ਘੇਰੇ ਤੇ ਔਰਗੈਂਜ਼ਾ ਲਗਾ ਕੇ ਵਰਕ ਕੀਤਾ ਹੋਇਆ ਹੈ, ਠੀਕ ਹੈ। ਸੇਮ ਏਦਾਂ ਦਾ ਦੁਪੱਟਾ ਇਹਦਾ ਔਰਗੈਂਜ਼ਾ ਦਾ। ਇਹਦੀਆਂ ਸਲੀਵਸ ਬੈਲ ਸਲੀਵਸ ਨੇ, ਸਲੀਵਸ ਦੇ ਉੱਪਰ ਪ੍ਰਿੰਟੈਕਸ ਪਾਇਆ ਹੋਇਆ, ਬੈਕ ਸਾਈਡ ਤੇ ਵੀ ਪ੍ਰਿੰਟੈਕਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ। ਜੋ ਇਹਦੀ ਬੋਟਮ ਹੈ, ਬੋਟਮ ਇਹਦੇ ਨਾਲ ਸਟੇਟ ਸਲਵਾਰ ਹੈ, ਜਿਸ ਪੌਂਚਿਆਂ ਤੇ ਲੇਸ ਡਿਟੇਲਿੰਗ ਕੀਤੀ ਹੋਈ ਹੈ। ਇਹ ਇਹਦਾ ਦੁਪੱਟਾ ਹੈ, ਦੁਪੱਟੇ ਵਾਲੀ ਇੰਬੋਇਡਰੀ ਸ਼ਰਟ ਦੇ ਘੇਰੇ ਤੇ ਹੈ। ਨੈਕਸਟ ਸੂਟ ਹੈ ਸਕਾਈ ਬਲੂ ਕਲਰ ਦਾ, ਇਹ ਮੇਰਾ ਫੇਵਰੇਟ ਸੂਟ ਹੈ। ਇਸ ਸੂਟ ਦੇ ਉੱਪਰ ਵੀ ਨੈਕ ਤੇ ਅਗੇਨ ਲੇਸ ਲਗਾ ਕੇ ਬਟਨ ਦੇ ਨਾਲ ਪ੍ਰਿੰਟੈਕਸ ਡਿਜ਼ਾਈਨ ਕੀਤਾ ਹੋਇਆ ਤੇ ਇਹਦੇ ਵਿੱਚ ਵਾਈਟ ਥਰੈਡ ਦੇ ਨਾਲ ਇੰਬੋਇਡਰੀ ਕੀਤੀ ਹੋਈ ਹੈ। ਮੈਂ ਇਸ ਨੂੰ ਵਾਈਟ ਕਲਰ ਦੀ ਸਲਵਾਰ ਨਾਲ ਕੈਰੀ ਕਰਦੀ ਹਾਂ। ਜ਼ਿਆਦਾਤਰ ਮੈਂ ਸਟ੍ਰੇਟ ਸਲਵਾਰ ਹੀ ਲਾਈਕ ਕਰਦੀ ਹਾਂ, ਆਲਮੋਸਟ ਮੇਰੀਆਂ ਸਾਰੀਆਂ ਸੂਟਸ ਦੇ ਨਾਲ ਸਟ੍ਰੇਟ ਸਲਵਾਰ ਹੈ। ਸਲਵਾਰ ਦੇ ਵਿੱਚ ਵੀ ਲੇਸ ਕਰੋਸ਼ੀਆ ਵਾਲੀ ਲੇਸ ਦਿੱਤੀ ਹੋਈ ਹੈ ਐਂਡ ਇਹਦੇ ਬਿਲਕੁਲ ਪੌਂਚੇ ਦੇ ਉੱਪਰ ਵੀ ਕਰੋਸ਼ੀਆ ਲੇਸ ਲੱਗੀ ਹੋਈ ਹੈ। ਨੈਕਸਟ ਸੂਟ ਹੈ ਬਲੂ ਐਂਡ ਸੀ ਗ੍ਰੀਨ ਕੰਟਰਾਸਟ ਸੂਟ ਹੈ। ਇਸ ਦੇ ਵਿੱਚ ਵੀ ਸਟਿਚਿੰਗ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ। ਜਿਹੜਾ ਬੋਟਮ ਵਾਲਾ ਫੈਬਰਿਕ ਹੈ ਉਹਦੇ ਉੱਪਰ ਬੋਡੀ ਦੇ ਉੱਪਰ ਅਟੈਚ ਕੀਤਾ ਹੋਇਆ ਹੈ, ਕੱਟ ਵਰਕ ਕਰਕੇ ਡਿਜ਼ਾਈਨਿੰਗ ਦਿੱਤੀ ਹੋਈ ਹੈ। ਇਧਰਲੀ ਸਾਈਡ ਤੇ ਐਂਡ ਦੋਨਾਂ ਸਾਈਡ ਤੇ ਪ੍ਰਿੰਟੈਕਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ। ਨੀਚੇ ਵਾਲੀ ਸਾਈਡ ਤੇ ਪੋਕਿਟ ਡਿਜ਼ਾਈਨ ਕੀਤਾ ਹੋਇਆ, ਉਸ ਦੇ ਉੱਪਰ ਇੱਕ ਰੋਜ਼ ਫਲਾਵਰ ਹੈ ਜੋ ਕਿ ਮਸ਼ੀਨ ਇੰਬੋਇਡਰੀ ਹੈ। ਇਸ ਦੇ ਘੇਰੇ ਤੇ ਵੀ 4 ਫਲਾਵਰਸ ਹੈ। ਇਸ ਦੀਆਂ ਸਲੀਵਸ ਦੇ ਉੱਪਰ ਬੋਟਮ ਨਾਲ ਦਾ ਕੱਪੜਾ ਅਟੈਚ ਕਰਕੇ ਹਲਕਾ ਜਿਹਾ ਕੱਟ ਦਿੱਤਾ ਹੋਇਆ ਹੈ। ਇਸ ਦੇ ਨਾਲ ਵੀ ਅਗੇਨ ਸਟ੍ਰੇਟ ਸਲਵਾਰ ਹੈ, ਸਲਵਾਰ ਦੇ ਵਿੱਚ ਲੇਸ ਦੇ ਨਾਲ ਨਾਲ ਪ੍ਰਿੰਟੈਕਸ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਇਸ ਦਾ ਦੁਪੱਟਾ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਦੁਪੱਟੇ ਦੇ ਸਾਈਡ ਤੇ ਨੈਟ ਵਾਲੀ ਨੈਟ ਲੱਗਿਆ ਹੋਇਆ ਹੈ ਜੋ ਕਿ ਸਲਵਾਰ ਦੇ ਨਾਲ ਦਾ ਫੈਬਰਿਕ ਡਾਈ ਕਰਾ ਕੇ ਅਟੈਚ ਕੀਤਾ ਹੋਇਆ ਹੈ। ਨੈਕਸਟ ਹੈ, ਇਹ ਵੀ ਬੜਾ ਹੀ ਕੂਲ ਜਿਹਾ ਕਲਰ ਹੈ, ਮੈਂਗੋ ਯੈਲੋ ਜਿਹਾ ਕਲਰ ਹੈ। ਇਸ ਦੇ ਵੀ ਨੈਕ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ, ਬਿਕੋਜ਼ ਇਹਦੇ ਨਾਲ ਆਫ ਵਾਈਟ ਕਲਰ ਦੀ ਸਲਵਾਰ ਹੈ ਤੇ ਐਂਡ ਸਲੀਵਸ ਦੇ ਉੱਪਰ ਇੰਬੋਇਡਰੀ ਕੀਤੀ ਹੋਈ ਹੈ, ਮਸ਼ੀਨ ਇੰਬੋਇਡਰੀ ਹੈ, ਅੰਬਰੇਲਾ ਸ਼ੇਪ ਦੀਆਂ ਇਹਦੀਆਂ ਸਲੀਵਸ ਹੈ, ਕੱਟ ਵਰਕ ਵਾਲੀ ਇੰਬੋਇਡਰੀ ਕੀਤੀ ਹੋਈ ਹੈ। ਇਹਦੇ ਨਾਲ ਚਿਕਨ ਦੀ ਸਲਵਾਰ ਹੈ, ਇਹ ਵੀ ਸਟ੍ਰੇਟ ਸਲਵਾਰ ਹੀ ਹੈ, ਆਫ ਵਾਈਟ ਕਲਰ ਦਾ ਹੀ ਇਹਦਾ ਦੁਪੱਟਾ ਹੈ। ਸਮਰਸ ਦੇ ਵਿੱਚ ਇਦਾਂ ਦੇ ਕਲਰਸ ਬਹੁਤ ਹੀ ਜ਼ਿਆਦਾ ਕੂਲ ਐਂਡ ਫਰੈਸ਼ ਫਰੈਸ਼ ਜੀ ਲੁੱਕ ਦਿੰਦੇ ਹੈ। ਸੋ ਨੈਕਸਟ ਹੈ ਕਾਟਨ ਦਾ ਸੂਟ ਹੈ, ਇਸ ਦੇ ਉੱਪਰ ਵੀ ਸਟਿਚਿੰਗ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ। ਸਕਿਨ ਕਲਰ ਦੇ ਇਹਦੇ ਨਾਲ ਸਕਿਨ ਕਲਰ ਦੀ ਬੋਟਮ ਹੈ, ਸੋ ਬੋਟਮ ਦੇ ਫੈਬਰਿਕ ਨਾਲ ਦੇ ਪੋਰਟਲੀ ਬਟਨ ਲੱਗੇ ਹੋਏ ਨੇ, ਸੇਮ ਬੋਟਮ ਦੇ ਨਾਲ ਦਾ ਇਹਦੇ ਪਾਈਪਿੰਗ ਲੱਗੀ ਹੋਈ ਹੈ ਫਰੰਟ ਐਂਡ ਬੈਕ ਦੋਨੋਂ ਤਰਫ ਤੋਂ। ਸੇਮ ਸਲੀਵਸ ਦੇ ਉੱਪਰ ਵੀ ਪਾਈਪਿੰਗ ਲਗਾ ਕੇ ਐਂਡ ਥੋੜਾ ਜਿਹਾ ਇਹਨੂੰ ਐਵੇਂ ਡਿਜ਼ਾਈਨਿੰਗ ਦਿੱਤਾ ਹੋਇਆ ਹੈ, ਹਲਕਾ ਜਿਹਾ ਕੱਟ ਦਿੱਤਾ ਹੋਇਆ ਹੈ। ਬੋਟਮ ਦੇ ਵਿੱਚ ਇਹਦੇ ਨਾਲ ਜੋ ਇਹਦੇ ਨਾਲ ਸਟ੍ਰੇਟ ਸਲਵਾਰ ਹੈ, ਅਗੇਨ ਸਲਵਾਰ ਦੇ ਵਿੱਚ ਪਹੁੰਚਿਆਂ ਤੇ ਪ੍ਰਿੰਟੈਕਸ ਨਾਲ ਡਿਜ਼ਾਈਨਿੰਗ ਦਿੱਤੀ ਹੋਈ ਹੈ ਐਂਡ ਉੱਪਰ ਨੀਚੇ ਜਿਹੜਾ ਸ਼ਰਟ ਦਾ ਫੈਬਰਿਕ ਸੀ ਉਹਦੇ ਨਾਲ ਪਾਈਪਿੰਗ ਦਿੱਤੀ ਹੋਈ ਹੈ। ਇਹ ਵੀ ਬਹੁਤ ਹੀ ਯੂਨੀਕ ਜੀ ਲੁੱਕ ਦੇ ਰਿਹਾ। ਸੋ ਇਸ ਦਾ ਦੁਪੱਟਾ ਵੀ ਬਹੁਤ ਅੱਛਾ ਹੈ, ਡਬਲ ਗ੍ਰੀਨ ਕਾਟਨ ਦਾ ਦੁਪੱਟਾ ਹੈ। ਇਸ ਦੇ ਵਿੱਚ ਇੰਬੋਇਡਰੀ ਕੀਤੀ ਹੋਈ ਹੈ, ਜਿਹੜੇ ਕਲਰ ਸ਼ਰਟ ਦੇ ਵਿੱਚ ਹੈ ਉਸ ਥਰੈਡ ਨਾਲ ਇਸ ਦੇ ਉੱਪਰ ਇੰਬੋਇਡਰੀ ਕੀਤੀ ਹੋਈ ਹੈ। ਸੋ ਨੈਕਸਟ ਇਹ ਵਾਲਾ ਸ਼ਰਟ ਹੈ, ਸਕਿਨ ਕਲਰ ਦੇ ਵਿੱਚ ਹੈ, ਇਹ ਪਲਾਜ਼ੋ ਸੂਟ ਹੈ। ਇਸ ਦੇ ਉੱਪਰ ਸੇਮ ਕਲਰ ਦੇ ਥਰੈਡ ਨਾਲ ਇੰਬੋਇਡਰੀ ਕੀਤੀ ਹੋਈ ਹੈ, ਸਲੀਵਸ ਤੇ ਕੱਟ ਵਰਕ ਹੈ। ਇਹ ਡਬਲ ਸ਼ਰਟ ਦਾ ਇਹਨੂੰ ਲੁੱਕ ਦਿੱਤੀ ਹੋਈ ਹੈ, ਇਹ ਡਬਲ ਸ਼ਰਟ ਹੈ, ਉੱਪਰ ਵਾਲਾ ਫੈਬਰਿਕ 2x2 ਦਾ ਐਂਡ ਨੀਚੇ ਵਾਲਾ ਮਸਲਿਨ ਕਾਟਨ ਹੈ। ਅੱਜ ਕੱਲ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਹੈ। ਸੂਟ ਸੇਮ ਕਲਰ ਦਾ ਹੋਣ ਕਰਕੇ ਥੋੜਾ ਜਿਹਾ ਇਹਨੂੰ ਦੁਪੱਟੇ ਨੂੰ ਕਲਰਫੁਲ ਲੁੱਕ ਦਿੱਤੀ ਹੋਈ ਹੈ। ਦੁਪੱਟਾ ਟੈਬੀ ਸਿਲਕ ਦਾ ਹੈ, ਇਹਦੇ ਗ੍ਰੀਨ ਐਂਡ ਮਹਿਰੂਨ ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਸੂਟਾਂ ਦੀ ਡਿਜ਼ਾਈਨਿੰਗ ਪਸੰਦ ਆਈ ਹੋਊਗੀ ਐਂਡ ਪਲੀਜ਼ ਅਗਰ ਤੁਹਾਨੂੰ ਮੇਰੇ ਸੂਟਸ ਦੇ ਡਿਜ਼ਾਈਨ ਅੱਛੇ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਥੈਂਕ ਯੂ।